ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਦੇ ਅਤੇ ਇਸ ਵਕਤ ਕਰਦਾ ਹਾਂ ਜੀ ਤੁਹਾਡੇ ਇਸ ਚੈਨਲ ਦੇ ਉੱਤੇ ਸਵੇਸ਼ ਚੈਨਲ ਤੇ ਪੀਐਸਟੈਟ ਸੀਟੈਟ ਮਾਸਟਰੀਟਰ ਐਂਡ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਜਿਹੜੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਜਿਹੜਾ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਪਟਵਾਰੀ ਤੇ ਐਗਜ਼ਾਮ ਦੇ ਨਾਲ ਸੰਬੰਧਿਤ ਪਟਵਾਰੀ ਦੇ ਕੰਮਾਂ ਅਤੇ ਕਰਤੱਵਾਂ ਦੇ ਬਾਰੇ ਜਿਹੜਾ ਜਾਣਕਾਰੀ ਰਹੂਗੀ ਸੋ ਆਸ ਕਰਦਾ ਹਾਂ ਕਿ ਇਹ ਸੈਸ਼ਨ ਸਭ ਦੇ ਲਈ ਹੈਲਪਫੁਲ ਰਹੂਗਾ ਸੋ 25 ਜਿਹੜੇ ਕੁਐਸਚਨ ਹੋਣਗੇ ਸੋ ਪਾਰਟ ਨੰਬਰ 1 ਵਾਲਾ ਹੈ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਐ ਜਿਹੜੀਆਂ ਮਿਲਦੀਆਂ ਰਹਿਣੀਆਂ ਸੋ ਇਸ ਗਰੁੱਪ ਦੀ ਜਿਹੜੀ ਫੀਸ ਅਗਰ ਤੁਸੀਂ ਆਫਿਸ 'ਤੇ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਗਰੁੱਪ ਦੇ ਵਿੱਚ ਜਿਹੜਾ ਹੋ ਐਡ ਕਰ ਦਿੱਤਾ ਜਾਂਦਾ ਹੈ ਜਿੱਥੇ ਤੁਹਾਨੂੰ ਹਰ ਸੰਡੇ ਲਈ ਆਨਲਾਈਨ ਟੈਸਟ ਵੀ ਮਿਲਦੇ ਰਹਿਣਗੇ ਔਰ ਨਾਲ ਹੀ ਜਿਹੜੀਆਂ PDF ਨੇ ਉਹ ਵੀ ਕ੍ਰੀਏਟ ਹੁੰਦੀਆਂ ਰਹਿਣੀਆਂ ਠੀਕ ਹੈ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਦਿਨੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈ ਸੋ ਪਟਵਾਰੀ ਦੇ ਇਗਜ਼ਾਮ ਦੇ ਨਾਲ ਚੰਪਨ ਤੇ ਜ਼ਰੂਰੀ ਹੈ ਕਿ ਉਸ ਦੇ ਜਿਹੜੇ ਮੁੱਖ ਕੰਮ ਨੇ ਉਸ ਦੇ ਜਿਹੜੇ ਕਰਤੱਵ ਨੇ ਉਹਨਾਂ ਦੇ ਨਾਲ ਰਿਲੇਟਡ ਜੋ ਵੀ ਚੀਜ਼ਾਂ ਨੇ ਉਹ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਬਾਰੇ ਹਰ ਵਾਰ ਜਿਹੜਾ ਕੁਝ ਨਾ ਕੁਝ ਪੁੱਛਿਆ ਜਾਂਦਾ ਹੈ ਸੋ ਪਾਰਟ ਵੀ ਉਸ ਦੇ ਵਿੱਚ ਹੈ ਸੋ ਲੱਗ ਤੋਂ ਬਣਾਇਆ ਹੋਇਆ ਹੈ ਨਾ ਸਿਲੇਬਸ ਦੇ ਅਕੋਰਡਿੰਗ ਅਸੀਂ ਉਸ ਨੂੰ ਵੀ ਜਿਹੜਾ ਇਸ ਦੇ ਵਿੱਚ ਸਮਝਾਂਗੇ ਸੋ ਫਰਸਟ ਕੁਐਸਚਨ ਹੈ ਕਿ ਇਤਕਾਲ ਕੀ ਹੁੰਦਾ ਹੈ ਸੋ ਆਪਸ਼ਨ 1 ਹੈ ਤਬਦੀਲੀ ਹੁੰਦੀ ਹੈ ਆਪਸ਼ਨ 2 ਹੈ ਭੂਮੀ ਰਿਕਾਰਡ ਵਿੱਚ ਹੱਕਾਂ ਜਾਨਕਿ ਮਲਕੀਅਤ ਵਿੱਚ ਤਬਦੀਲੀ ਹੁੰਦੀ ਹੈ ਆਪਸ਼ਨ 2 ਹੈ ਤਨਹ ਰਜਿਸਟਰੀ ਹੁੰਦੀ ਹੈ ਆਪਸ਼ਨ 4 ਹੈ ਜਮ੍ਹਾਂਬੰਦੀ ਹੁੰਦੀ ਹੈ ਸੋ ਇਨਤਕਾਲ ਕੀ ਹੁੰਦਾ ਹੈ ਸੋ ਇਹਨਾਂ ਦੇ ਵਿੱਚੋਂ ਰਾਈਟਸਟ ਆਨਸਰ B ਆਪਸ਼ਨ ਸੋ ਭੂਮੀ ਰਿਕਾਰਡ ਦੇ ਵਿੱਚ ਹੱਕਾਂ ਹੁੰਦਾ ਹੈ ਜਾਨਕਿ ਮਲਕੀਅਤ ਦੇ ਵਿੱਚ ਤਬਦੀਲੀ ਸੋ ਇਸੇ ਚੀਜ਼ ਨੂੰ ਇਨਤਕਾਲ ਕਿਹਾ ਜਾਂਦਾ ਹੈ ਸੋ ਇਹ ਕਾਫੀ ਇੰਪੋਰਟੈਂਟ ਹੁੰਦੀ ਹੈ ਇਹ ਜਿਆ ਚੀਜ਼ਾਂ ਜੋ ਕਿ ਪਟਵਾਰੀ ਦੇ ਕੰਮਾਂ ਤੇ ਕਰਤੱਬਾਂ ਦੇ ਨਾਲ ਲਿਟੜਦੀਆਂ ਨੇ ਠੀਕ ਹੈ ਨੈਕਸਟ ਹੈ 2 ਨੰਬਰ ਕੁਐਸਚਨ ਇੱਕ ਫਰਲਾਂਗ ਵਿੱਚ ਕਿੰਨੇ ਗੱਜ ਹੁੰਦੇ ਹਨ ਸੋ ਆਪਸ਼ਨ 1 ਹੈ 3 ਆਪਸ਼ਨ 2 ਹੈ 64 ਆਪਸ਼ਨ 3 ਹੈ 220 ਆਪਸ਼ਨ 3 ਹੈ 272 ਸੋ ਇੱਕ ਫਰਲਾਂਗ ਦੇ ਵਿੱਚ ਗੱਜ ਜਿਹੜੇ ਹੁੰਦੇ ਨੇ ਸੋ ਇਹ 220 ਗੱਜ ਹੁੰਦੇ ਹੈਗੇ ਨੇ ਇੱਕ ਫਰਲਾਂਗ ਦੇ ਵਿੱਚ ਸੋ ਇਹ ਬੜੇ ਇੰਪੋਰਟੈਂਟ ਨੇ ਹੈਨਾ ਸੋ ਕਿੰਨੇ ਗੱਜ ਦੇ ਵਿੱਚ ਕਿੰਨੇ ਕਿੱਲਿਆਂ ਦੇ ਵਿੱਚ ਇਹ ਬਹੁਤ ਵਾਰੀ ਪੁੱਛਿਆ ਜਾਂਦਾ ਹਿੰ ਇਹਨਾਂ ਚੀਜ਼ਾਂ ਨੂੰ ਜ਼ਰੂਰ ਤੁਸੀਂ ਜਿਹੜਾ ਧਿਆਨ ਦੇ ਨਾਲ ਨੋਟ ਕਰ ਲੈਣੀਆਂ ਹੈ ਤੇ ਇੱਕ ਫਰਲਾਂਗ ਦੇ ਵਿੱਚ ਜਿਹੜੇ ਹੈਗੇ 220 ਗੱਜ ਸਾਨੂੰ ਮਿਲਦੇ ਹੈਗੇ ਨੇ ਨੈਕਸਟ ਹੈ 3 ਨੰਬਰ ਇੱਕ ਕਰਮ ਵਿੱਚ ਕਿੰਨੇ ਇੰਚ ਦਾ ਹੁੰਦਾ ਹੈ ਯਾਨੀ ਕਿ ਇੱਕ ਕਰਮ ਕਿੰਨੇ ਇੰਚ ਦਾ ਹੁੰਦਾ ਹੈ অপਸ਼ਨ 1 ਹੈ 6 ਦਾ অপਸ਼ਨ 2 ਹੈ 68 ਦਾ অপਸ਼ਨ 3 ਹੈ 17 ਦਾ অপਸ਼ਨ 4 ਹੈ 14 ਦਾ ਤਾਂ ਇੱਕ ਕਰਮ ਜਿਹੜੀ ਹੁੰਦੀ ਹੈ ਸੋ ਉਹ 68 ਇੰਚ ਦੀ ਹੁੰਦੀ ਹੈ ਕਿ ਹੈਗੀ ਠੀਕ ਹੈ ਜੀ ਨੈਕਸਟ ਹੈ 4 ਨੰਬਰ ਇੱਕ ਮਰਲੇ ਵਿੱਚ ਕਿੰਨੇ ਇੰਚ ਹੁੰਦੇ ਹਨ অপਸ਼ਨ 1 ਹੈ 200 অপਸ਼ਨ 2 ਹੈ 214 অপਸ਼ਨ 3 ਹੈ 270 অপਸ਼ਨ 4 ਹੈ 272 ਇੱਕ ਮਰਲੇ ਦੇ ਵਿੱਚ ਇੰਚ ਜਿਹੜੇ ਦੇਖਣ ਨੂੰ ਮਿਲਦੇ ਨੇ ਸੋ ਉਹ 272 ਇੰਚ ਹੁੰਦੇ ਨੇ ਇੱਕ ਮਰਲੇ ਦੇ ਵਿੱਚ ਨੈਕਸਟ ਹੈ 4 ਨੰਬਰ ਕਰਮ ਨੂੰ ਹੋਰ ਕੀ ਕਹਿੰਦੇ ਹਨ ਸੋ ਆਪਸ਼ਨ 1 ਹੈ ਫੁੱਟ ਆਪਸ਼ਨ 2 ਹੈ ਗੱਜ ਆਪਸ਼ਨ 3 ਹੈ ਸਰਸ਼ਾਹੀ ਆਪਸ਼ਨ 4 ਹੈ ਮਰਲਾ ਸੋ ਕਰਮ ਨੂੰ ਹੋਰ ਕਿਸ ਨਾਮ ਨਾਲ ਜਾਣਦੇ ਨੇ ਸਰਸ਼ਾਹੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਰਮ ਨੂੰ ਨੈਕਸਟ ਹੈ 6 ਨੰਬਰ ਇੱਕ ਮਰਲੇ ਵਿੱਚ ਕਿੰਨੇ ਕਰਮ ਹੁੰਦੇ ਹਨ ਸੋ ਆਪਸ਼ਨ 1 ਹੈ 160 ਆਪਸ਼ਨ 2 ਹੈ 8 অপশন 3 ਹੈ 9 অপশন 4 ਹੈ B ਤੇ ਇੱਕ ਮਰਲੇ ਦੇ ਵਿੱਚ ਇਹਦੇ ਕਰਮ ਮਿਲਦੇ ਨੇ ਸੋ ਉਸ ਤੇ ਰਾਈਟ ਆਨਸਰ ਹੈ C অপশন ਸੋ ਇੱਕ ਮਰਲੇ ਦੇ ਵਿੱਚ 9 ਕਰਮਾਂ ਜਿਹੜੀਆਂ ਹੁੰਦੀਆਂ ਹੈਗੀਆਂ ਨੇ ਨੈਕਸਟ ਹੈ 7 ਨੰਬਰ ਇੱਕ ਕਨਾਲ ਕਿੰਨੇ ਮਰਲੇ ਦੀ ਹੁੰਦੀ ਹੈ ਸੋ অপਸ਼ਨ 1 ਹੈ 160 ਦੀ অপਸ਼ਨ 2 ਹੈ 8 ਦੀ অপਸ਼ਨ 3 ਹੈ 9 ਦੀ অপਸ਼ਨ 4 ਹੈ 20 ਦੀ ਤੇ ਇੱਕ ਕਨਾਲ ਦੇ ਵਿੱਚ ਮਰਲੇ ਜਿਹੜੇ ਹੁੰਦੇ ਹੈਗੇ ਨੇ ਉਹ B ਹੁੰਦੇ ਹੈਗੇ ਨੇ ਠੀਕ ਹੈ ਜਨਕੀ ਵੀ ਮਰਲਿਆਂ ਦੇ ਵਿੱਚ ਜਨਕੀ ਵੀ ਮਰਲਿਆਂ ਨੂੰ ਅਸੀਂ ਇੱਕ ਇੱਕ ਨਾਮ ਨਾਲ ਕਨਾਲ ਦੇ ਨਾਮ ਨਾਲ ਜਿਹੜਾ ਜਾਣਦੇ ਹਾਂ ਨੈਕਸਟ ਹੈ 8 ਨੰਬਰ ਇੱਕ ਕਿਲੇ ਵਿੱਚ ਕਿੰਨੀਆਂ ਕਨਾਲਾਂ ਹੁੰਦੀਆਂ ਹਨ ਸੋ ਆਪਸ਼ਨ ਏ ਹੈ 160 ਆਪਸ਼ਨ 2 ਹੈ 8 ਆਪਸ਼ਨ 3 ਹੈ 9 ਆਪਸ਼ਨ 4 ਹੈ ਬੀ ਇੱਕ ਕਿਲੇ ਦੇ ਵਿੱਚ ਕਨਾਲਾਂ ਜਿਹੜੀਆਂ ਹੁੰਦੀਆਂ ਨੇ ਉਹ 8 ਹੁੰਦੀਆਂ ਹੈਗੀਆਂ ਨੇ ਨੈਕਸਟ ਹੈ 9 ਨੰਬਰ ਇੱਕ ਕਿਲੇ ਵਿੱਚ ਕਿੰਨੇ ਮਰਲੇ ਹੁੰਦੇ ਹਨ ਸੋ ਆਪਸ਼ਨ ਏ ਹੈ 160 ਆਪਸ਼ਨ 2 ਹੈ 8 ਆਪਸ਼ਨ 3 ਹੈ 109 ਰੀ ਨੌ ਅਤੇ অপਸ਼ਨ 4 ਹੈ ਬੀ রাইਟ ਅਸਰ ਸਰ এ অপਸ਼ਨ ਸੋ ਇੱਕ ਕਿਲੇ ਦੇ ਵਿੱਚ ਮਰਲੇ ਜਿਹੜੇ ਹੁੰਦੇ ਨੇ ਉਹ 160 ਮਰਲੇ ਹੁੰਦੇ ਹੈਗੇ ਨੇ ਕੀ ਨੈਕਸਟ ਹੈ 10 ਨੰਬਰ ਇੱਕ ਕਿਲੇ ਨੂੰ ਹੋਰ ਸੌਰੀ ਕਿਲੇ ਨੂੰ ਹੋਰ ਕੀ ਕਹਿੰਦੇ ਹਨ ਸੋ অপਸ਼ਨ 1 ਹੈ ਏਕੜ অপਸ਼ਨ 2 ਹੈ ਮਰਲਾ অপਸ਼ਨ 3 ਹੈ ਕਨਾਲ অপਸ਼ਨ 4 ਹੈ ਮਰਬਾ ਸੋ ਕਿਲੇ ਨੂੰ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਾ ਦੂਸਰਾ ਨਾਮ ਹੈ ਏਕੜ ਸੋ ਇੱਕ ਏਕੜ ਦੋ ਏਕੜ ਹੈ ਨਾ ਸੋ ਹੁੰਦੇ ਆ ਸੋ ਇਹ ਚੀਜ਼ ਜਿਹੜੀ ਹੈ ਉਹ ਕਿਲੇ ਨੂੰ ਹੀ ਕਿਹਾ ਜਾਂਦਾ ਹੈ ਕਿਲੇ ਨੂੰ ਨੈਕਸਟ ਹੈ 11 ਨੰਬਰ ਇੱਕ ਕਿਲੇ ਵਿੱਚ ਕਿੰਨੇ ਕਰਮਾ ਹੁੰਦੇ ਹਨ ਸੋ ਆਪਸ਼ਨ 1 ਹੈ 36 40 ਆਪਸ਼ਨ 2 ਹੈ 240 ਆਪਸ਼ਨ 3 ਹੈ 12 ਆਪਸ਼ਨ 3 ਹੈ ਬੀ ਆਪਸ਼ਨ 4 ਹੈ ਬੀ ਸੌਰੀ اور ਰਾਈਟੈਸਟ ਆਨਸਰ ਹੈ ਇਹ ਆਪਸ਼ਨ ਸੋ ਇੱਕ ਕਿਲੇ ਦੇ ਵਿੱਚ ਕਹਿ ਸਕਦੇ ਹਾਂ 36 ਕਰਮਾ ਠੀਕ ਹੈ ਜਨਕੀ ਹੁੰਦੀਆਂ ਹੈਗੀਆਂ ਨੇ 36 40 ਸੋ ਇਹਨਾਂ ਨੂੰ ਮਿਲਾ ਕੇ ਜਿਹੜਾ ਕਹਿ ਸਕਦੇ ਕਿ ਕਿਲੇ ਦਾ ਨਿਰਮਾਣ ਹੁੰਦਾ ਇੱਕ ਸਾਈਡ 40 ਇੱਕ ਸਾਈਡ 36 ਜਿਹੜੀਆਂ ਹੁੰਦੀਆਂ ਹੈਗੀਆਂ ਨੇ ਠੀਕ ਹੈ ਨੈਕਸਟ ਹੈ 240, 12 ਨੰਬਰ ਇੱਕ ਕਨਾਲ ਵਿੱਚ ਕਿੰਨੇ ਵਿਸਵੀ ਹੁੰਦੀ ਹੈ ਸੋ ਆਪਸ਼ਨ 1 ਹੈ 36 40 ਆਪਸ਼ਨ 2 ਹੈ 240 ਆਪਸ਼ਨ 3 ਹੈ 12 ਆਪਸ਼ਨ 3 ਹੈ B ਸੋ ਇੱਕ ਕਨਾਲ ਦੇ ਵਿੱਚ ਵਿਸਵਾਸੀ ਜਿਹੜੀ ਹੁੰਦੀ ਹੈ ਸੋ 240 ਹੁੰਦੀ ਹੈਗੀ ਠੀਕ ਹੈ ਇੱਕ ਕਨਾਲ ਵਿੱਚ 240 ਵਿਸਵੇ ਹੀ ਹੁੰਦੀ ਹੈ ਨੈਕਸਟ ਹੈ 13 ਨੰਬਰ ਇੱਕ ਮਰਲੇ ਵਿੱਚ ਕਿੰਨੇ ਵਿਸਵੇ ਹੁੰਦੇ ਹਨ ਸੋ ਆਪਸ਼ਨ 1 ਹੈ 36 40 ਆਪਸ਼ਨ 2 ਹੈ 240 ਆਪਸ਼ਨ 3 ਹੈ 12 ਆਪਸ਼ਨ 4 ਹੈ P राइटेस्ट आंसर सी ऑप्शन एक मरले ਦੇ ਵਿੱਚ 12 ਵਿਸਬਜ ਜਿਹੜੀ ਹੁੰਦੀ ਹੈ ਵਿਸਵਾਸੀ नेक्स्ट ਹੈ 14 ਨੰਬਰ ਇੱਕ ਵਿਸਵੇ ਵਿੱਚ ਕਿੰਨੇ ਵਿਸਵਾਸੀ ਹੁੰਦੇ ਹਨ অপਸ਼ਨ 1 ਹੈ 40 36 40 অপਸ਼ਨ 2 ਹੈ 270 অপਸ਼ਨ 3 ਹੈ 40 অপਸ਼ਨ 4 ਹੈ b রাইਟੇਸਟ right ਅਨਸਰ d অপਸ਼ਨ ਸ ਇੱਕ ਵਿਸਵੇ ਦੇ ਵਿੱਚ 20 ਵਿਸਵਾਸੀ ਹੁੰਦੇ ਹੈਗੇ ਨੇ नेक्स्ट ਹੈ 15 ਨੰਬਰ ਇੱਕ ਵਿੱਗੇ ਵਿੱਚ ਕਿੰਨੇ ਵਿਸਵੇ ਹੁੰਦੇ ਹਨ ਸੋ ਆਪਸ਼ਨ ਏ ਹੈ 15 ਆਪਸ਼ਨ 2 ਹੈ 4 8 ਆਪਸ਼ਨ 2 ਹੈ 36 96 ਔਰ ਆਪਸ਼ਨ 4 ਹੈ ਬੀ ਸੋ ਇੱਕ ਵਿੱਗੇ ਦੇ ਵਿੱਚ ਵਿਸਵੇ ਜਿਹੜੇ ਹੁੰਦੇ ਨੇ ਉਹ ਬੀ ਹੁੰਦੇ ਹੈਗੇ ਨੇ ਠੀਕ ਹੈ ਯਾਨੀ ਕਿ 20 ਵਿਸਵੇ ਦਾ ਇੱਕ ਬਿੱਗਾ ਬਣਦਾ ਹੁੰਦਾ ਹੈ ਨੈਕਸਟ ਹੈ 16 ਨੰਬਰ ਇੱਕ ਕਿੱਲੇ ਵਿੱਚ ਕਿੰਨੇ ਵਿਸਵੇ ਹੁੰਦੇ ਹਨ ਸੋ ਆਪਸ਼ਨ ਏ ਇੱਕ ਹੈ 15 ਆਪਸ਼ਨ 2 ਹੈ 4 8 ਆਪਸ਼ਨ 2 ਹੈ 36 96 ਅਤੇ ਆਪਸ਼ਨ 4 ਹੈ ਬੀ ਦ ਰਾਈਟਸਟ ਅਨਸਰ ਸੀ অপশনস ਇੱਕ ਕਿਲੇ ਦੇ ਵਿੱਚ ਵਿਸਵੇ ਜਿਹੜੇ ਆ 96 ਹੁੰਦੇ ਹੈਗੇ ਨਹੀਂ ਕੀ ਠੀਕ ਹੈ ਨੈਕਸਟ ਹੈ ਇਸ ਤਰ੍ਹਾਂ ਨੰਬਰ ਇੱਕ ਕਿਲੇ ਵਿੱਚ ਕਿੰਨੇ ਵਿਗੇ ਹੁੰਦੇ ਹਨ ਸੋ অপਸ਼ਨ 1 ਹੈ 15 অপਸ਼ਨ 2 ਹੈ 4 8 অপਸ਼ਨ 3 ਹੈ 96 অপਸ਼ਨ 4 ਹੈ b ਸਹੀਟਸ ਅਨਸਰ b অপਸ਼ਨ ਸੋ 4 48 ਹੈ ਠੀਕ ਹੈ ਇਸ ਤੇ ਵਿੱਚ ਸ਼ਾਇਦ ਮਿਸਟੇਕ ਹੈ ਸੋ ਇਸਨ ਪਲੀਜ਼ ਮੈਂ ਕਰੈਕਟ ਕਰਕੇ ਦੁਬਾਰਾ ਪਾ ਦਮਾਂਗਾ ਠੀਕ ਹੈ ਨੈਕਸਟ ਹੈ 18 ਨੰਬਰ ਜੇ ਇੱਕ ਕਰਮ 66 ਇੰਚ ਦਾ ਹੋਵੇ ਤਾਂ ਇੱਕ ਵਿਸਵੇ ਵਿੱਚ ਕਿੰਨੇ ਵਿਸਵਾਸੀ ਹੋਣਗੇ অপਸ਼ਨ 1 ਹੈ 15 অপਸ਼ਨ 2 ਹੈ 4 অপਸ਼ਨ 3 ਹੈ 96 অপਸ਼ਨ 4 ਹੈ ਬੀ ਸੋ ਜੇ ਇੱਕ ਕਰਮ ਦੇ ਵਿੱਚ 66 ਇੰਚ ਹੋਵੇ ਇੱਕ ਕਰਮ 66 ਇੰਚ ਦਾ ਹੋਵੇ ਤਾਂ ਵਿਸਵੇ ਜਿਹੜੇ ਆ ਉਹ ਕਿੰਨੇ ਵਿਸਵੇ ਹੋਣਗੇ ਰਾਈਟ ਅਨਸਰ ਹੈ ਏ অপਸ਼ਨ ਸੋ 12 ਵਿਸਵਾਸੀ ਹੋਣਗੇ ਜੇਕਰ ਇੱਕ ਕਰਮ ਜਿਹੜੀ ਆ ਉਹ 66 ਇੰਚ ਦੀ ਹੋਵੇ ਨੈਕਸਟ ਹੈ ਉਨੀ ਨੰਬਰ 1 ਕਮਾ ਕਿੰਨੇ ਵਿੱਗਿਆ ਦਾ ਹੁੰਦਾ ਹੈ ਸੋ ਆਪਸ਼ਨ 1 ਹੈ 4 4046.7 1091 ਆਪਸ਼ਨ 2 ਹੈ 2 ਆਪਸ਼ਨ 3 ਹੈ 500 8385 ਆਪਸ਼ਨ 3 ਹੈ 1.609 ਤਾਂ ਰਾਈਟ ਅਸਟਾ ਅਨਸਰ b ਆਪਸ਼ਨ ਇੱਕ ਘੁੰਮਾ ਦੇ ਵਿੱਚ ਕਿੰਨੇ ਵਿੱਗੇ ਹੁੰਦੇ ਹੈ ਤਾਂ 2 ਵਿੱਗੇ ਹੁੰਦੇ ਹੈਗੇ ਨੇ ਇੱਕ ਘੁੰਮਾ ਦੇ ਵਿੱਚ ਨੈਕਸਟ ਹੈ b ਨੰਬਰ 1 ਮੀਲ ਵਿੱਚ ਕਿੰਨੇ ਕਿਲੋਮੀਟਰ ਹੁੰਦੇ ਹਨ ਸੋ ਆਪਸ਼ਨ 1 ਹੈ 40 406 46.79.99 ਆਪਸ਼ਨ 2 ਹੈ 2 ਆਪਸ਼ਨ 3 ਹੈ 500 505 83 85 ਆਪਸ਼ਨ 3 ਹੈ 4 ਹੈ 1.90609 ਦਾ ਰਾਈਟ ਅਸਰ ਆਨਸਰ ਡੀ ਆਪਸ਼ਨ 1 ਮੀਲ ਦੇ ਵਿੱਚ 1.906 ਜਿਹੜੇ ਕਿਲੋਮੀਟਰ ਹੁੰਦੇ ਹੈਗੇ ਨੇ ਠੀਕ ਹੈ ਜਾਨੀ ਕਿ ਬੱਦ ਹੁੰਦਾ 1 ਕਿਲੋਮੀਟਰ ਦੇ ਨਾਲ। ਨੈਕਸਟ ਹੈ 21 ਨੰਬਰ

ਭਾਈ ਨੰਬਰ ਇਕ ਕਨਾਲ ਵਿੱਚ ਕਿੰਨੇ ਵਰਗ ਮੀਟਰ ਹੁੰਦੇ ਹਨ ਸੋ ਆਪਸ਼ਨ 1 ਹੈ 40. 4046.700091 ਆਪਸ਼ਨ 2 ਹੈ 2 ਆਪਸ਼ਨ 3 ਹੈ 500 505 8385 ਆਪਸ਼ਨ 3 ਹੈ 1.609 ਸੋ ਇਕ ਕਨਾਲ ਦੇ ਵਿੱਚ ਵਰਗ ਮੀਟਰ ਜਿਹੜੇ ਹੁੰਦੇ ਹੈਗੇ ਨੇ 505 8385 ਹੁੰਦੇ ਹੈ ਕਿੰਨੇ ਨੈਕਸਟ ਹੈ 23 ਨੰਬਰ ਸਟਾਮ ਕੱਢਣ ਦਾ ਫਾਰਮੂਲਾ ਕੀ ਹੈ অপਸ਼ਨ 1 ਹੈ ਕੁੱਲ ਰਕਮ ਗੁਣਾ ਸਟਾਮ ਦੀ ਚਾਲੂ ਪ੍ਰਤੀਸ਼ਤ অপਸ਼ਨ 2 ਹੈ ਕੁੱਲ ਰਕਮ ਗੁਣਾ 100 অপਸ਼ਨ 3 ਹੈ ਕੁੱਲ ਰਕਮ ਗੁਣਾ ਸਟਾਮ ਦੀ ਚਾਲੂ ਪ੍ਰਤੀਸ਼ਤ ਭਾਗਫਲ 100 অপਸ਼ਨ 3 ਹੈ ਕੁੱਲ ਰਕਮ 100 ਟਰਾਈਟਸਟ ਅਨਸਰ ਸੀ অপਸ਼ਨ ਸਟਾਮ ਕੱਢਣ ਦਾ ਫਾਰਮੂਲਾ ਹੈ ਕਿ ਕੁੱਲ ਰਕਮ ਨੂੰ ਗੁਣਾ ਕੀਤਾ ਜਾਂਦਾ ਸਟਾਮ ਦੀ ਚਾਲੂ ਪ੍ਰਤੀਸ਼ਤ ਦੇ ਨਾਲ ਔਰ ਭਾਗ ਕੀਤਾ ਜਾਂਦਾ ਹੈ 100 ਦੇ ਨਾਲ ਸੋ ਇਸਦੇ ਨਾਲ ਜੋ ਕੁਝ ਨਿਜਿਤ ਆਉਂਦਾ ਉਸੇ ਨੂੰ ਸਟਾਮ ਸਟਾਮ ਜਿਹੜਾ ਕਹਿੰਦੇ ਹਾਂ ਨੈਕਸਟ ਹੈ 24 ਨੰਬਰ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਅੰਦਾਜ਼ਿਆਂ ਯਾਨੀ ਇਕਾਈਆਂ ਨੂੰ ਕੀ ਕਹਿੰਦੇ ਹਨ ਆਪਸ਼ਨ 1 ਹੈ ਕਰਮ ਆਪਸ਼ਨ 2 ਹੈ ਗੱਠਾ ਆਪਸ਼ਨ 3 ਹੈ ਦੋ ਕਦਮ ਆਪਸ਼ਨ 4 ਹੈ ਜਰੀ ਰਾਈਟਰਸ ਅਨੁਸਾਰ ਇਹ ਆਪਸ਼ਨ ਸੋ ਕਰਮ ਕਿਹਾ ਜਾਂਦਾ ਹੈ ਮਲਬ ਮਾਲ ਵਿਭਾਗ ਦੇ ਵਿੱਚ ਵਰਤੇ ਜਾਂਦੇ ਅੰਦਾਜ਼ਿਆਂ ਨੂੰ ਜਾਂ ਇਕਾਈਆਂ ਨੂੰ ਨੈਕਸਟ ਹੈ 25 ਨੰਬਰ ਇੱਕ ਕਰਮ ਕਿਸ ਦੇ ਬਰਾਬਰ ਹੁੰਦਾ ਹੈ ਸੋ ਆਪਸ਼ਨ 1 ਹੈ ਕਰਮ ਦੇ ਆਪਸ਼ਨ 2 ਹੈ ਗੱਠਾ ਦੇ ਆਪਸ਼ਨ 3 ਹੈ ਦੋ ਕਦਮ ਦੇ ਆਪਸ਼ਨ 4 ਹੈ ਜਰੀ ਦੇ राइटेस्ट आंसर सी ऑप्शन सो एक कर्म ਜਿਹੜੀ ਉਹ ਬਰਾਬਰ ਹੁੰਦੀ ਹੈ ਦੋ ਕਦਮਾਂ ਦੀ ਓਕੇ ਜੀ ਸੋ थैंक यू ਜੀ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਕੁਐਸਚਨ ਸਵਾਸ ਕਰਦਾ ਕਿ ਸਭ ਦੇ ਲਈ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ so much